दर्दनाक खबर सामने आई है संगरूर से, जहां पर आपको बता दें एक घर की छत गिर जाने से बुजुर्ग महिला की मौत हो गई है। इस हादसे के बाद इलाके में सहम का माहौल है। मिली जानकारी के अनुसार बीते दिनों हुई बारिश की वजह से घर की छत की खस्ता हालत हो गई थी और बताया जा रहा है ये जो हादसा हुआ है ये सुबह 5 बजे के करीब हुआ है, जिसमें बुजुर्ग महिला की मौत हो गई है। सुरेंद्र कौर महिला का नाम बताया जा रहा है। परिवार के बाकी सदस्य जो हैं वो हालांकि इस हादसे में उन बच गए हैं, लेकिन महिला की घर की छत गिर जाने की वजह से मौत हो गई है। आप भी डालिए इस पूरे मामले में परिवार एक सदस्यों का क्या कहना है और आसपास के जो लोग हैं उनका क्या कहना है। ए बहू जी, मैं 5:30 उठ के लैटरिन मर गया, समझ नहीं, उस तो बाद लैटरिन के बीच में आवाज आई, उससे मेरी भाई दी नूह रही है, तो कहे चाची बाहर आ जा, बाहर आ जा, दूरी छत्ता से उससे गिर गया, मैं बाहर थी। किन्ने जने परिवार के बीच दो असी थी, बस दो उत्ते थे। छत पहला उतरी लेंटर थी कमजोर थी, जो ਸਾਡੀ ਛੱਤ ਹੈਗੀ ਬਲਦਿਆਂ ਵਾਲੀ, ਉਹ ਲੈਂਟਰ ਟੁੱਟਿਆ, ਸਾਡੀ ਛੱਤ 'ਤੇ ਗਿਰ ਗਈ, ਉਹ ਸੌਂਦਿਆਂ ਸਾਰੇ ਆ ਗਏ, ਬਰਸਾਤ ਜ਼ਿਆਦਾ ਹੋਣ ਕਰਕੇ ਉਹ ਲੈਂਟਰ ਸਰੀਰ ਸੁਰ ਨਿਕਲੇ ਉਹਦੇ, ਅਤੇ ਕਹਿੰਦੇ ਵੀ ਸਵੇਰੇ ਕਹਿੰਦੀ ਕਹਿ ਕੇ ਮੈਂ ਲੈਂਟਰ ਲਹਾ ਦੂੰਗੀ ਵੀ ਚੱਲ ਆਪਾਂ ਅੱਜ ਰਾਤ ਉੱਥੇ ਪੈ ਜਾਂਦੇ ਹਾਂ, ਮੈਂ ਬਾਹਰ ਆ ਗਿਆ, ਇਹ ਬਸ ਅੰਦਰ ਆ ਗਈ। ਮੰਮੀ ਦਾ ਨਾਮ ਸੁਰਿੰਦਰ ਕੌਰ ਹੈ, ਡੈਡੀ ਦਾ ਨਾਮ ਰਾਮ ਸ਼ਰਨ। ਮੀਨੇ ਹੋਏ ਜੀ, ਛੱਤਾਂ ਕਮਜ਼ੋਰ ਸੀ ਉੱਪਰਲੀਆਂ, ਅਤੇ ਅੱਜ ਮੰਮੀ ਰਾਤ ਕਹਿ ਰਹੇ ਸੀ ਵੀ ਆਪਾਂ ਸਵੇਰੇ ਛੱਤਾਂ ਲਵਾਉਣੀਆਂ ਨੇ, ਵੀ ਆਪਾਂ ਖਤਰਾ ਆਪਣੇ ਛੱਤਾਂ ਥੱਲੇ, ਬਸ ਉਹੀ ਗੱਲ ਜੀ, ਮੈਂ ਦੁਕਾਨ 'ਤੇ ਵੱਗ ਗਿਆ ਆਪਣੀ 'ਤੇ, ਅਤੇ ਉਸ ਤੋਂ ਬਾਅਦ ਡੈਡੀ ਦਾ ਬਾਥਰੂਮ ਫਲੱਸ਼ ਨੂੰ ਨਿਕਲ ਗਏ, ਨਾਲ ਦੀਆਂ ਪਿੱਛੋਂ ਛੱਤਾਂ ਡਿੱਗ ਗਈਆਂ। ਡੈਡੀ ਕੀ ਕੰਮ ਕਰਦੇ? ਸਾਈਕਲਾਂ ਦੇ ਰਿਪੇਅਰ ਦਾ ਕੰਮ ਆਪਣਾ। ਉਹ ਵੀ ਉੱਪਰ ਸੀ ਛੱਤ 'ਤੇ, ਉਹ ਦੋ ਕਮਰੇ ਪਏ ਨੇ, ਉਹ ਪਰਲੇ ਕਮਰੇ 'ਚ ਸੀ, ਜਿਹੜੇ ਛੱਤ ਡਿੱਗਣ ਵਾਲੇ ਸੀ ਉੱਥੇ ਨਹੀਂ ਹੈਗੇ ਸੀ। ਸਾਰੇ ਠੀਕ ਠਾਕ? ਉਹ ਠੀਕ ਠਾਕ ਨੇ, ਥੋੜ੍ਹਾ ਜਿਹਾ ਉਹਨਾਂ ਨੂੰ ਉਹ ਹੋਇਆ, ਪ੍ਰੈਸ਼ਰ ਪੈ ਗਿਆ ਦਿਮਾਗ 'ਤੇ, ਫਿਰ ਉਹਨਾਂ ਨੂੰ ਹੋਸਪਿਟਲ ਲੈ ਕੇ ਗਏ ਨੇ, ਉਹ ਵੀ ਉੱਪਰੋਂ ਗੁਸਰਖਾਨਾ ਤੋੜ ਕੇ ਨਾਲ ਅਤੇ ਉੱਧਰੋਂ ਲੈ ਕੇ ਪਰਲੇ ਪਾਸੋਂ ਕੱਢ ਕੇ ਲੈ ਗਏ। ਹਾਂਜੀ, ਇਹ ਬਰਸਾਤ ਨਾਲ ਹੀ ਹੋਇਆ, ਪਹਿਲਾਂ ਤਾਂ ਕਦੀ ਹੋਇਆ ਨਹੀਂ। ਕੀ ਨਾਮ ਹੈ ਜੀ? ਮੇਰਾ ਬਿਨਾ ਰਾਣੀ। ਇਹ ਜਿਹੜੇ ਤੁਹਾਡੇ ਗੁਆਂਢ ਚ ਹੋਏ, ਕੀ ਕਾਰਨ ਹੋਏ, ਕਦੋਂ ਹੋਏ? ਇਹ ਛੱਤ ਗਿਰੀ 5:30 ਸਵੇਰੇ ਤੇ ਉਹਨਾਂ ਦੀ ਡੈਥ ਹੋ ਗਈ। ਅੱਛਾ ਜੀ, ਕਿੰਨੇ ਜਣੇ ਚ ਜ਼ਖਮੀ ਹੋਏ? ਇੱਕੋ ਹੀ ਹੋਇਆ। ਅੱਛਾ, ਇੱਕ ਦੀ ਡੈਥ? ਜੀ, ਡੈਥ ਹੋਈ ਆ, ਉਹੀ ਜ਼ਖਮੀ, ਉਹੀ ਆ ਮਤਲਬ ਬਿਮਾਰ, ਉਹ ਹਾਂ ਉਹਦੀ ਡੈਥ ਹੋਈ ਆ ਇਕੱਲੀ ਦੀ। ਅੱਛਾ, ਘਰ ਦੇ ਵਿੱਚ ਕਿੰਨੇ ਕੁ ਜਣੇ ਰਹਿੰਦੇ ਸੀਗੇ? ਇਹ ਘਰ ਦੇ ਵਿੱਚ ਦੋ ਜਣੇ ਰਹਿੰਦੇ ਸੀਗੇ, ਇੱਕ ਦਾ ਜੇਠ ਰਹਿੰਦਾ ਗਾ ਤੇ ਉੱਪਰ ਰਹਿੰਦੇ ਨੇ, 4 ਜਣੇ ਉੱਪਰ ਰਹਿੰਦੇ, 3 ਜਣੇ ਉੱਪਰ ਰਹਿੰਦੇ ਨੇ। ਅੱਛਾ, ਜਿਹੜੇ ਬਾਕੀ ਰਹਿੰਦੇ ਸੀ ਉਹਨਾਂ ਦੇ ਹਾਲਾਤ? ਉਹ ਠੀਕ ਨੇ, ਹੁਣ ਥੋੜਾ ਮਤਲਬ ਹੋ ਗਿਆ, ਬੇਹੋਸ਼ ਹੋ ਗਏ ਤੇ ਉਹ ਹਸਪਤਾਲ ਦਾਖਲ ਨਹੀਂ, ਆ ਜਾਣਗੇ। ਅੱਛਾ, ਹੁਣ ਲੇਡੀਜ਼ ਦੀ ਡੈਥ? ਹਾਂਜੀ। ਕੀ ਨਾਮ ਸੀ ਉਹਨਾਂ ਦਾ? ਸੁਰਿੰਦਰ ਕੌਰ।